ਫਾਸਟ ਫੂਡ ਦੀ ਦੁਕਾਨ 'ਚ ਹੋਇਆ ਧਮਾਕਾ। ਪਹਿਲਾਂ ਫਟਿਆ ਕੁੱਕਰ, ਫਿਰ ਫਟ ਗਿਆ ਫਰਿੱਜ। ਅੱਗ 'ਚ ਸੜ ਕੇ ਨੌਜਵਾਨ ਦੀ ਹੋਈ ਮੌਤ। ਦੱਸ ਦੇ ਕਿ ਇੱਕ ਫਾਸਟ ਫੂਡ ਵਾਲੀ ਦੁਕਾਨ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇਹ ਦੁਕਾਨ ਸੜ ਕੇ ਸਵਾਹ ਹੋ ਜਾਂਦੀ ਹੈ, ਜਦਕਿ ਦੁਕਾਨ ਅੰਦਰ ਇੱਕ ਨੌਜਵਾਨ ਦੀ ਵੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦੇ ਕਿ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲਦੀ ਹੈ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚਦੀ ਹੈ। ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ ਜਾਂਦਾ ਹੈ ਅਤੇ ਉਸ ਨੂੰ ਹਸਪਤਾਲ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਜਾਂਦਾ ਹੈ। ਇਸ ਸੰਬੰਧੀ ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਵਾਂਸ਼ਹਿਰ ਦੇ ਬਾਈਪਾਸ ਸਥਿਤ ਇੱਕ ਫਾਸਟ ਫੂਡ ਵਾਲੀ ਦੁਕਾਨ 'ਚ ਅਚਾਨਕ ਅੱਗ ਲੱਗ ਗਈ। ਉਹਨਾਂ ਕਿਹਾ ਕਿ ਕੁੱਕਰ ਫਟ ਜਾਣ ਕਾਰਨ ਇਹ ਵੱਡੀ ਘਟਨਾ ਵਾਪਰੀ, ਜਿਸ ਦੌਰਾਨ ਦੁਕਾਨ ਵਿੱਚ ਰੱਖਿਆ ਫਰਿੱਜ ਵੀ ਫਟ ਜਾਂਦਾ ਹੈ ਅਤੇ ਦੁਕਾਨ ਦੇ ਵਿੱਚ ਗੈਸ ਸਿਲੰਡਰ ਸੀ ਜਿਹੜਾ ਉਹ ਸ਼ੋਪ ਤੋਂ ਬਾਹਰ ਡਿੱਗਿਆ ਹੋਇਆ ਸੀ, ਜਿਸ ਦਾ ਆਕਾਰ ਵੱਡਾ ਹੋ ਚੁੱਕਿਆ ਸੀ। ਮ੍ਰਿਤਕ ਸਰਬਜੀਤ ਸਿੰਘ ਉਰਫ ਸਾਬੀ, ਜੋ ਕਿ ਨਾਲ ਦੇ ਪਿੰਡ ਬਰਨਾਲੇ ਦਾ ਰਹਿਣ ਵਾਲਾ ਸੀ, ਕੁਝ ਮਹੀਨਾ ਪਹਿਲਾਂ ਹੀ ਇੱਥੇ ਕੰਮ 'ਤੇ ਲੱਗਾ ਸੀ, ਜਦਕਿ ਇਸ ਦਾ ਮਾਲਕ ਨਵਾਂ ਸ਼ਹਿਰ ਦੇ ਮੂਸਾਪੁਰ ਦਾ ਰਹਿਣ ਵਾਲਾ ਸੀ। ਤਾਂ ਦੱਸ ਦਈਏ ਕਿ ਵੱਡੀ ਘਟਨਾ ਵਾਪਰੀ ਹੈ, ਜਿੱਥੇ ਇੱਕ ਫਾਸਟ ਫੂਡ ਵਾਲੀ ਦੁਕਾਨ ਦੇ ਵਿੱਚ ਕੁੱਕਰ ਫਟਣ ਦੇ ਨਾਲ ਧਮਾਕਾ ਹੋ ਜਾਂਦਾ ਹੈ ਅਤੇ ਉੱਥੇ ਇੱਕ ਫਰਿੱਜ ਵੀ ਪਿਆ ਹੁੰਦਾ ਹੈ ਅਤੇ ਮੌਕੇ 'ਤੇ ਉਹ ਵੀ ਫਟ ਜਾਂਦਾ ਹੈ, ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਉੱਠਦੀਆਂ ਨੇ ਤਾਂ ਸੜ ਕੇ ਸਾਰੀ ਦੁਕਾਨ ਸਵਾਹ ਹੋ ਜਾਂਦੀ ਹੈ। ਤਾਂ ਇਸ ਦੌਰਾਨ ਦੁਕਾਨ ਦੇ ਅੰਦਰ ਨੌਜਵਾਨ ਕੰਮ ਕਰ ਰਿਹਾ ਹੁੰਦਾ ਹੈ, ਪਰ ਉਹ ਬਾਹਰ ਨਿਕਲਣ ਦੇ ਵਿੱਚ ਅਸਮਰਥ ਰਹਿੰਦਾ ਹੈ, ਜਿਸ ਕਾਰਨ ਸੜ ਕੇ ਉਸਦੀ ਉੱਥੇ ਹੀ ਮੌਤ ਹੋ ਜਾਂਦੀ ਹੈ। ਮੌਕੇ 'ਤੇ ਪੁਲਿਸ ਪਾਰਟੀ ਪਹੁੰਚਦੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ, ਜਿੱਥੇ ਪੋਸਟਮਾਰਟਮ ਤੋਂ ਬਾਅਦ ਉਸਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਕੁੱਕਰ ਫਟਣ ਕਰਕੇ ਫਰਿੱਜ ਵੀ ਫਟ ਗਿਆ, ਉਹਦੇ ਕਰਕੇ ਅੱਗ ਲੱਗੀ। ਇੱਕ ਬੰਦਾ ਮਰ ਗਿਆ ਵਿੱਚ, ਜਿਹੜਾ ਅੰਦਰ ਸੀਗਾ ਸਰਬਜੀਤ। ਕੀ ਕਾਰਵਾਈ ਕੀ ਕਰ ਰਹੇ ਹੋ ਤੁਸੀਂ? 174 ਸੀ ਯਾਰ ਵੀ। 170 ਕਰਵਾਇਆ। ਇਹ ਕਿੱਥੇ ਦਾ ਸੀਗਾ ਪਿੰਡ ਦਾ? ਇਹ ਸੀਗਾ ਬਰਨਾਲੇ ਦਾ। ਇਹ ਕੰਮ ਕਰਦਾ ਕਿ ਮਾਲਕ ਉੱਥੇ? ਨਹੀਂ, ਕੰਮ ਕਰਦਾ। ਕੰਮ ਕਰਦਾ ਸੀ? ਕਦੋਂ ਤੋਂ ਪਤਾ ਲੱਗਿਆ, ਕੁਝ ਜਾਣਕਾਰੀ ਮਿਲੀ ਹੈ? ਕੀ ਕਾਂਦੀ? ਕੰਮ ਕਦੋਂ ਤੋਂ ਕਰਦਾ ਸੀ? ਚਾਰ ਪੰਜ ਮਹੀਨੇ ਤੋਂ। ਚਾਰ ਪੰਜ ਮਹੀਨੇ ਦਾ ਕੰਮ? ਇਹ ਤਾਂ ਮਾਲਕ ਕੌਣ ਹੈ ਕੋਈ ਪਤਾ ਲੱਗਿਆ? ਮਾਲਕ ਤਾਂ ਦੂਜਾ ਹੈਗਾ, ਰਾਜੂ ਹੈ, ਦੂਆ ਮੂਸਾਪੁਰ ਰੋਡ ਦਾ। ਮੂਸਾਪੁਰ ਰੋਡ ਦਾ। ਹੁਣ ਕਾਰਵਾਈ 174 ਦੀ ਹੋ ਰਹੀ ਹੈ। ਅਗਲੇ ਕਹਿੰਦੇ ਮੁੱਖ ਕਾਰਨ ਸਿਰਫ ਗੈਸ ਸਿਲੰਡਰ ਫਟਿਆ, ਕੁਛ ਹੋਰ ਵੀ ਪਤਾ ਲੱਗਦਾ? ਨਹੀਂ, ਉਹ ਕੁੱਕਰ ਫਟਿਆ। ਕੁੱਕਰ ਫਟਿਆ? ਕੁੱਕਰ ਦੇ ਨਾਲ ਫਰਿੱਜ ਫਟ ਗਿਆ, ਫਰਿੱਜ ਪਿਆ ਸੀ। ਇਹ ਅੰਦਰ ਹੀ ਸੀਗਾ? ਇਹ ਅੰਦਰ ਹੀ ਸੀਗਾ। ਮੌਕੇ 'ਤੇ ਮੌਤ ਹੋ ਗਈ? ਤੁਸੀਂ ਕਦੋਂ ਪਹੁੰਚੇ ਰਾਤ ਨੂੰ? ਰਾਤੀ ਡੇਢ ਕੁ ਵਜੇ। ਡੇਢ ਪਹੁੰਚੇ?